So hey guys, what's up? Ki hal chal sab dofli sare kyan at home honge. Top 5 sad songs of Sidhu Moosewala. Yeah, theek hai bhai, the sad songs bahut kat ne, par ohna jo bhi overall like feature tracks, albums, sara kuch kat ke ho chuba punch cat te mere personal favorite sad song leke aaye hain. Ab chalde ji 5th wal. 5th track hai ga ji When I'm Gone from apna ki siga stitches wali jehdi album aayi si, main bhul gaya, snitches get stitches wali to. I'm gone baby, karegi tu phone baby, main picture theek hai wali album. When I'm gone baby, karegi tu ghao baby, main on tera chakkar nahi, edda karke matlab bali kehna chahiye yaar, check karo jaake theek hai. ਉਸ ਤੋਂ ਬਾਅਦ 4th ਨੰਬਰ ਤੇ ਹੁੰਦਾ ਜੀ ਆਈ ਐਮ ਬੈਟਰ ਨਾਓ, ਮੈਂ ਚੰਗੀ ਆ ਤੈਥੋਂ ਦੂਰ ਹੋ ਕੇ, ਤੈਥੋਂ ਦੂਰ ਹੋ ਕੇ ਵੇ ਮੈਂ ਚੰਗੀ ਆ. ਕੁੜੀਆਂ ਵੱਲੋਂ ਟਰੈਕ ਸੀਗਾ, ਬਹੁਤ ਹੀ ਪਿਆਰਾ ਗਾਣਾ ਸੀਗਾ BBX1 ਐਲਬਮ ਚ. 3rd ਨੰਬਰ ਤੇ ਆਉਂਦਾ ਜੀ ਇੱਕ ਐਸਾ ਗੀਤ ਜਿਹੜਾ ਕਿ ਨਾ ਮਤਲਬ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੂਗਾ ਕਿ ਬ੍ਰੋ ਵਾਈ, ਕਿੰਨਾ ਕੈਟ ਸੈਡ ਟਰੈਕ ਲਿਖੇ ਲੱਗ ਜਿਵੇਂ ਬੰਦੇ ਦਾ ਪੂਰਾ ਦਿਲ ਟੁੱਟਿਆ ਹੁੰਦਾ ਖਤਰਨਾਕ. ਇਟਸ ਕੱਟ ਆਫ. ਕੁਝ ਕੁ ਦਿਨਾਂ ਦੀ ਗੱਲਬਾਤ ਹੋਈ ਨਾ ਗੱਲਬਾਤ. 2nd ਨੰਬਰ ਤੇ ਫਿਰ ਟਰੈਕ ਆਉਂਦਾ ਜੀ ਮੂਸਟੇਪ ਐਲਬਮ ਚੋਂ, ਆਈ ਹੋਪ ਇਹ ਸਭ ਨੇ ਸੁਣਿਆ ਹੋਊਗਾ, ਸਭ ਦਾ ਮਤਲਬ ਫੇਵਰੇਟ ਆਲਮੋਸਟ ਫੇਵਰੇਟ ਸੈਡ ਸੌਂਗ ਰਿਹਾ ਹੋਊਗਾ ਸਿੱਧੂ ਬਾਈ ਦਾ, ਜਦੋਂ ਤੱਕ ਇੱਕ ਹੋਰ ਗਾਣਾ ਨਹੀਂ ਆ ਗਿਆ. ਠੀਕ ਹੈ, ਉਦੋਂ ਤੱਕ ਇਹ ਗਾਣਾ ਮਤਲਬ ਪੱਕਾ ਫੇਵਰੇਟ ਰਿਹਾ ਹੋਊਗਾ ਸੈਡ ਸੌਂਗਸ ਵਿੱਚ. ਉਹ ਹੈਗਾ ਜੀ ਰਿਗਰੈਟ. ਜੋ ਫਕਰਾਂ ਨਾਲ ਤੂੰ ਹਰ ਕਰਿਆ ਬਦਿਆ ਮੈਥੋਂ ਲਿਖ ਕੇ ਰਿਗਰੈਟ ਗਾਣੇ ਨਾ ਯਾਰ, ਇੱਕ ਚੀਜ਼ ਦੱਸ ਦਿੱਤੀ, ਸਿੱਧੂ ਬਾਈ ਸੁਰਾਂ ਦੇ ਮਾਮਲੇ 'ਚ ਬਹੁਤ ਘੈਂਟ, ਲਿਰਿਕਸ ਹਰ ਤਰ੍ਹਾਂ ਦੀ ਵਰਸਟੈਲਿਟੀ ਇਹ ਬੰਦਾ ਰੱਖ ਸਕਦਾ ਯਾਰ. ਇੰਨਾ ਜ਼ਿਆਦਾ ਸੈਡ ਲਿਰਿਕਸ, ਇੰਨਾ ਜ਼ਿਆਦਾ ਸੱਚ ਬੋਲਿਆ ਨਾਲੇ ਉਸ ਗਾਣੇ ਦੇ ਵਿੱਚ ਕਿ ਬਸ ਤੂੰ ਬਸ ਦੇਖੀ ਚੱਲ, ਤੇਰੇ ਉੱਤੇ ਤੈਨੂੰ ਇਹੋ ਜਿਹਾ ਧੱਕੇ ਵੱਜਣੇ ਆ ਨਾ ਦੁਨੀਆ ਤੋਂ, ਦੇਖੀ ਚੱਲ ਤੂੰ. ਮਤਲਬ ਰਿਗਰੈਟ ਕਿਆ ਗਾਣਾ ਹੈ ਯਾਰ ਸੱਚੀ. ਉਸ ਤੋਂ ਬਾਅਦ 1st ਨੰਬਰ 'ਤੇ ਇੱਕ ਐਸਾ ਟਰੈਕ ਜਿਹੜਾ ਮੈਂ ਕਦੇ ਵੀ ਨਹੀਂ ਚਾਹੁੰਦਾ ਸੀਗਾ ਕਿ ਸਿੱਧੂ ਬਾਈ ਦੀ ਆਵਾਜ਼ 'ਚ ਮੈਨੂੰ ਸੁਣਨ ਨੂੰ ਮਿਲੇ, ਬਟ ਇਹ ਗਾਣਾ ਸੁਣਨ ਤੋਂ ਬਾਅਦ ਇਹ ਚੀਜ਼ ਅਹਿਸਾਸ ਹੋਈ ਕਿ ਉਹ ਬੰਦਾ ਜਿਸ ਲੈਵਲ 'ਤੇ ਬੈਠਾ ਸੀ ਉੱਥੇ ਵੀ ਉਹ ਓਨਾ ਹੀ ਤੰਗ ਸੀ ਕਿਤੇ ਨਾ ਕਿਤੇ ਜਿੰਨਾ ਅਸੀਂ ਥੱਲੇ ਹਾਂ, ਥੱਲੇ ਬੈਠੇ ਹਾਂ. ਠੀਕ ਆ, ਔਰ ਬਾਈ ਤੋਂ ਤਾਂ ਥੱਲੇ ਹੀ ਆ ਨਾ ਆਪਾਂ ਸਾਰਿਆਂ ਨੇ ਬਹੁਤ ਜ਼ਿਆਦਾ, ਅਤੇ ਉਹ ਉਹਨੂੰ ਇੰਨਾ ਪਿਆਰ ਕਰਨ ਵਾਲੇ ਲੋਕ, ਪਰ ਉਹਦੇ ਹੇਟਰਸ ਵੀ ਓਨੇ ਹੀ. ਠੀਕ ਹੈ, ਉਹਦੀ ਜ਼ਿੰਦਗੀ 'ਚ ਪੈਸਾ ਇੰਨਾ ਅਤੇ ਉਹਦੀ ਜ਼ਿੰਦਗੀ 'ਚ ਖਰਚੇ ਵੀ ਓਨੇ, ਉਹਦੇ ਪਰਚੇ, ਉਹਦੇ ਸੌ ਸਿਆਪੇ, ਹੈ ਨਾ. ਉਹ ਉਸ ਲਾਈਕ ਜਦੋਂ ਜਦੋਂ ਤੁਸੀਂ ਵੱਡੇ ਹੋਈ ਜਾਂਦੇ ਪ੍ਰੋਬਲਮਸ ਵੱਡੀਆਂ ਹੋਈ ਜਾਂਦੀਆਂ ਨਾਲ ਨਾਲ, ਉਹ ਚੀਜ਼ ਸੀਗੀ. ਸੋ ਗਾਣਾ ਦਾ ਨਾਮ ਹੈ ਜੀ ਐਵਰੀਬਡੀ ਹਰਟਸ. ਆਸੇ ਪਾਸੇ ਮੈਂ ਲੈਨੇ ਪਰ ਫੀਲ ਅਲੋਨ ਕਰਾਂ ਕੋਲੇ ਫੋਨ ਤਾਂ ਦੋ. ਗਾਣੇ ਦਾ ਨਾਮ ਹੀ ਦੱਸਦਾ ਸਾਰਾ ਕੁਛ ਯਾਰ, ਕਿ ਬਸ ਬਾਕੀ ਕਈ ਵਾਰ ਬੰਦੇ ਦਾ ਦਿਲ ਕਰ ਪੈਂਦਾ ਇਹੋ ਜਿਹੀ ਚੀਜ਼ਾਂ ਨਾਲ, ਸੁਈਸਾਈਡ ਵਾਲੇ ਥੋਟ ਜੇ ਆ ਜਾਂਦੇ ਹੁੰਦੇ ਦਿਮਾਗ 'ਚ ਕਿ ਹਾਂ 24 ਘੰਟੇ ਕੋਈ ਬੰਦਾ ਪੋਜ਼ਿਟਿਵ ਨਹੀਂ ਰਹਿ ਸਕਦਾ. ਠੀਕ ਆ, ਅਤੇ ਨਾ ਹੀ ਇਹ ਸੋਚਿਆ ਕਰੋ ਕਿ ਸਾਇਡ ਤੁਹਾਡਾ ਫੇਵਰੇਟ ਆਰਟਿਸਟ ਜਾਂ ਤੁਹਾਡਾ ਫੇਵਰੇਟ ਕਲਾਕਾਰ ਕੁਛ ਵੀ ਲਾਈਕ ਹੀ ਇਜ਼ 24/7 ਪੋਜ਼ਿਟਿਵ, ਇੱਦਾਂ ਨਹੀਂ ਹੁੰਦਾ. ਠੀਕ ਆ, ਕਈ ਵਾਰ ਤੁਹਾਡੇ ਕੋਮਨਸ ਹੀ ਉਹਨਾਂ ਨੂੰ ਪੋਜ਼ਿਟਿਵ ਕਰਦੇ ਆ, ਅਤੇ ਆਲੇ ਦੁਆਲੇ ਬਹੁਤ ਕੁਛ ਚੱਲਦਾ ਰਹਿੰਦਾ. ਸੋ ਪਿਆਰ ਕਰਦੇ ਰਿਹਾ ਕਰੋ. ਸਤਿ ਸ਼੍ਰੀ ਅਕਾਲ.